ਮੈਂ ਸਾਰਾ ਹੁਣ ਤੁਸੀਂ ਗੌਰ ਨਾਲ ਦੇਖੋ ਤੇ ਫੇਰ ਪਰਖ ਹੁੰਦੀ ਹੈ ਜੀ, ਐਦਾਂ ਵੀ ਪਰਖ ਹੁੰਦੀ ਮੈਂ ਤੁਹਾਨੂੰ ਹੋਰ ਉੱਥੇ ਕੋਲ ਕਰਕੇ ਦਿਖਾਉਣਾ। ਆਹ ਦੇਖੋ ਹੁਣ ਆਹ ਇੱਟਾਂ ਦੇਖੋ, ਇਹ ਸਾਰੀਆਂ ਇੱਟਾਂ ਲੱਗੀਆਂ, ਕੋਈ ਐਦਾਂ ਗੱਲਬਾਤ ਨਹੀਂ ਹੈਗੀ, ਸੱਪਾ ਸੁੱਪਾ ਦੀ ਸੁਰੰਗਾਂ ਵੀ ਬਣੀਆਂ ਵੀ ਤਾਂ ਕਾਫੀ ਜਿਵੇਂ ਕਿ ਨਾ ਇੱਥੇ ਪੂਰੀ ਖੁਦਾਈ ਹੋਈ ਹੈ ਇੱਥੇ, ਪਤਾ ਨਹੀਂ ਹੁਣ ਕੀ। ਲਓ ਜੀ ਆਹ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ, ਜਿਹੜਾ ਕਿ ਟੀਨ, ਜਿਹੜਾ ਕਿ ਸ਼ੈੱਡ ਲੱਗਿਆ ਬਣਾ ਅੱਧਰ ਪਾਸੇ ਜਿੱਧਰ ਮੇਰਾ ਹੱਥ ਵਾ, ਤੇ ਆਹ ਜਿਹੜਾ ਕਿ ਉਹ ਟੀਨ ਦੇ ਮਤਲਬ ਕਿ ਤੁਹਾਨੂੰ ਜਾ ਕੇ ਦਿਖਾਉਂਦੇ ਆ ਉਹ ਟੀਨ ਕਿਉਂ ਪਾਇਆ ਪਿਆ। ਉੱਥੇ ਇੱਕ ਕਾਰਨ ਸੀ, ਉਹ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਫੋਟੋ ਦੇ ਵਿੱਚ ਲਾ ਦਾਂਗਾ। ਉੱਥੇ ਜਿਹੜਾ ਕਿ ਇੱਕ ਖੂਹ ਹੁੰਦਾ ਸੀ ਪੁਰਾਣਾ ਨਾ, ਉਹ ਖੂਹ ਦੀ ਤੁਹਾਨੂੰ ਤਸਵੀਰ ਦਿਖਾਈ ਜਾਏਗੀ ਵਿੱਚ ਦੀ, ਹੈ ਨਾ। ਉਹ ਮਤਲਬ ਕਿ ਖੂਹ ਜਿਹੜਾ ਹੁੰਦਾ ਸੀ ਉੱਥੇ ਤੇ 4000 ਸਾਲ ਪੁਰਾਣਾ ਹੀ ਖੂਹ ਹੋਏਗਾ, ਤੇ ਉਹਨੂੰ ਜਿਹੜਾ ਕਿ ਕਵਰ ਕਰਕੇ ਉੱਤੇ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਇੱਕ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਆਪਾਂ ਤੁਹਾਨੂੰ ਜਿਹੜੀ ਲੋਕੇਸ਼ਨ ਦਿਖਾਉਣ ਜਾ ਰਹੇ ਹਾਂ ਜੀ, ਉਹ ਲੋਕੇਸ਼ਨ ਬੜੀ ਖਾਸ ਲੋਕੇਸ਼ਨ ਹੈਗੀ ਹੈ ਜੀ, ਕਿਉਂਕਿ ਉਹ ਲੋਕੇਸ਼ਨ ਪੂਰੀ 4000 ਸਾਲ ਪੁਰਾਣੀ ਲੋਕੇਸ਼ਨ ਹੈਗੀ ਹੈ ਜੀ। ਪੈਸਟਮ ਜਿਹੜੀ ਰੋਡ ਦੇ ਉੱਤੇ ਆਪਾਂ ਖੜੇ ਹਾਂ ਜੀ, ਉਹ ਇੱਕ ਪੇਂਡੂ ਰੋਡ ਹੈਗਾ ਵਾ, ਤੇ ਸਾਡੇ ਹਨੂੰਮਾਨਗੜ੍ਹ ਸ਼ਹਿਰ ਤੋਂ ਜਿਹੜਾ ਕਿ 13 ਕਿਲੋਮੀਟਰ ਤੇ ਇੱਕ ਡਬਲਯੂ ਜਠਾਣ, ਛੋਟਾ ਕਸਬਾ ਕਹਿ ਸਕਦੇ ਹੋ ਜਾਂ ਇੱਕ ਵੱਡਾ ਪਿੰਡ ਕਹਿ ਸਕਦੇ ਹੋ ਜੀ, ਹੈਗਾ ਵਾ। ਉਹ ਪਿੰਡ ਤੋਂ ਜਿਹੜੀ ਕਿ ਇੱਕ ਪਹਿਲੇ ਜਿਹੜਾ ਕਿ ਇੱਕ ਸਟੋਪ ਆਉਂਦਾ ਵਾ ਜੀ, ਉੱਥੋਂ ਜਿਹੜੀ ਕਿ ਇੱਕ ਸੜਕ ਮੁੜਦੀ ਹੈ ਜੀ, ਜਿਹੜਾ ਕਿ ਸੈਜੀ ਪੁਲਾ ਕਰਨੀ ਸਰ ਨੂੰ ਜਿਹੜੀ ਕਿ ਜਾਂਦੀ ਆ, ਤੇ ਵਿੱਚੋਂ ਸ਼ਾਰਟਕਟ ਰਸਤਾ ਹੈਗਾ ਜੀ, ਇੱਕ ਜਾਂਦਾ ਹਨੂੰਮਾਨਗੜ੍ਹ ਟਾਊਨ ਹੋ ਕੇ ਰਸਤਾ, ਠੀਕ ਹੈ ਜੀ। ਪਰ ਆਪਾਂ ਦੇ ਡਬਲਯੂ ਰਿਠਾਣ ਵਾਲਾ ਰਸਤਾ ਚੁਣਿਆ ਵਾ, ਕਿਉਂਕਿ ਇਹ ਰਸਤਾ ਇੱਕ ਤੇ ਨੇੜੇ ਵੀ ਆ, 5-7 ਕਿਲੋਮੀਟਰ ਦਾ ਫਰਕ ਵੀ ਆ, ਦੂਜੀ ਗੱਲ ਹੈ ਰਸਤਾ ਇੱਕਦਮ ਖਾਲੀ ਰਸਤਾ ਹੁੰਦਾ, ਇੰਨੀ ਜ਼ਿਆਦਾ ਮਤਲਬ ਟ੍ਰੈਫਿਕ ਨਹੀਂ ਹੁੰਦੀ, ਹੈ ਨਾ। ਤੇ ਹੁਣ ਆਪਾਂ ਤੁਹਾਨੂੰ ਉਹ ਜਿਹੜੀ ਲੋਕੇਸ਼ਨ ਉੱਤੇ ਲੈ ਕੇ ਚੱਲਦੇ ਆ, ਕਾਲੀ ਬੰਗਾ ਜਿਹੜਾ ਕਿ ਉਸ ਪਿੰਡ ਦਾ ਨਾਮ ਆ ਜੀ, ਜਿੱਥੇ ਉਹ ਲੋਕੇਸ਼ਨ ਹੈਗੀ ਆ, 4000 ਸਾਲ ਪੁਰਾਣੀ ਲੋਕੇਸ਼ਨ ਆ, ਸਿੰਧੂ ਘਾਟੀ ਸਭਿਅਤਾ ਦੇ ਨਾਲ ਉਹਦਾ ਇਤਿਹਾਸ ਜੁੜਿਆ ਵਾ, ਤੇ ਉੱਥੇ ਜਿਹੜਾ ਸਮਾਨ ਨਿਕਲਿਆ ਵਾ ਸਾਰੀ ਆਪਾਂ ਤੁਹਾਨੂੰ ਉੱਥੇ ਜਾ ਕੇ ਜਿਹੜੀ ਕਿ ਇਹ ਤੋਂ ਜੜ ਤੱਕ ਆਪਾਂ ਤੁਹਾਨੂੰ ਦੱਸਾਂਗੇ ਹਿਸਟਰੀ ਬਾਰੇ, ਤੇ ਨਾਲ ਦੀ ਨਾਲ ਜਿਹੜਾ ਕਿ ਆਪਾਂ ਤੁਹਾਨੂੰ ਰਸਤੇ ਦਾ ਜਿਹੜਾ ਕਿ ਸ਼ੋਟ ਵੀ ਦਿਖਾਉਂਦੇ ਜਾਵਾਂਗੇ, ਹਨਾ। ਕਿੱਥੇ ਆਪਾਂ ਖੜੇ ਉਹਦੇ ਸਾਹਮਣੇ ਵੀ ਇੱਕ ਜਿਹੜੀ ਕਿ ਪੁਰਾਣੀ ਲੋਕੇਸ਼ਨ ਤੁਸੀਂ ਕਹਿ ਸਕਦੇ ਹੈਗੀ ਆ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਕੁਛ ਐਸੋ ਘਾਟੀ ਸਭਿਅਤਾ ਦੀ ਜਿਹੜੀ ਕਿ ਦਿੱਖ ਦੇਖਣ ਨੂੰ ਹੈਗੀ ਆ, ਤੇ ਪੂਰੇ 4000 ਸਾਲ ਪੁਰਾਣੀ ਜਿਹੜੀ ਕਿ 5000 ਸਾਲ ਪੁਰਾਣੀ ਉਹ ਥਾਂ ਹੈਗੀ ਆ ਜੀ। ਤੇ ਕਾਲੀ ਬੰਗਾ ਕਿਉਂ ਨਾਮ ਪਿਆ ਉਹ ਸਾਰੀ ਗੱਲਬਾਤ ਦੱਸਾਂਗੇ, ਚਲੋ ਫਿਰ ਚੱਲਦੇ ਹਾਂ ਜੀ। ਤੇ ਚੈਨਲ ਦੇ ਨਾਲ ਜਿਹੜੇ ਨਵੇਂ ਜੁੜੇ ਭੱਤ ਸਿੱਖ ਟਰੈਵਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਲਾਈਕ ਕਮੈਂਟ ਕਰਨਾ ਜ਼ਰੂਰ ਦੱਸੋ, ਤੇ ਕਿਹੜੇ ਸ਼ਹਿਰ ਤੋਂ ਸਾਡਾ ਵਲੋਗ ਵੀਡੀਓ ਦੇਖਦੇ ਤੁਸੀਂ, ਇੱਕ ਵਾਰੀ ਆਪਣਾ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰ ਦਿਓ ਬ੍ਰੋ, ਵਧੀਆ ਲੱਗਦਾ ਜੀ ਪੜ੍ਹਨ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜਾ ਕਿ ਹੁਣ ਆਪਾਂ ਚੱਲਦੇ ਹਾਂ, ਕਿਉਂਕਿ ਕਾਫੀ ਪਹਿਲੇ ਹੀ ਆਪਾਂ ਜਿਹੜਾ ਕਿ ਲੇਟ ਹੋ ਚੁੱਕੇ ਹਾਂ, ਤੇ ਚਲੋ ਜੀ ਚੱਲਦੇ ਹਾਂ। ਤੇ ਆਪਾਂ ਇਹ ਸਾਹਮਣੇ ਰੋਡ ਦੇ ਉੱਤੋਂ ਆਏ ਹਾਂ, ਜਿਹੜੇ ਕਿ ਸਾਹਮਣੇ ਪਿੰਡ ਪੈਂਦਾ ਵਾ ਡਬਲਯੂ ਜਠਾਣ, ਠੀਕ ਹੈ। ਤੇ ਆਪਾਂ ਜਾਣਾ ਵਾ ਸਿੱਧਾ ਆਦਰ ਨੂੰ, ਠੀਕ ਹੈ ਜੀ। ਇਹ ਜਿਹੜਾ ਕਿ ਰਸਤੇ ਵਿੱਚ ਕਾਂਦਾ ਵਾ ਜੀ, ਇਸ ਤਰ੍ਹਾਂ ਦੀ ਥਾਂ ਤੁਹਾਨੂੰ ਜਿਹੜੀ ਕਿ ਉੱਥੇ ਵੀ ਦੇਖਣ ਨੂੰ ਮਿਲੇਗੀ, ਇਹ ਤੁਸੀਂ ਸਾਹਮਣੇ ਦੇਖ ਸਕੋ ਕਿਵੇਂ ਇੱਕ ਟਿੱਬਾ ਬਣਿਆ ਵਾ, ਟਿੱਲਾ ਬਣਿਆ ਪੈਣਾ, ਉਹ ਸਾਰੀ ਚੀਜ਼ ਆ ਜੀ। ਤੇ ਮਤਲਬ ਕਿ ਇੱਥੇ ਹੁਣ ਪੀਰਾਂ ਦਾ ਵੀ ਸਥਾਨ ਇੱਕ ਬਣਾ ਚੁੱਕੇ ਆ ਨਾ, ਤੇ ਕਾਫੀ ਜਿਹੜਾ ਕਿ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ, ਬਸ ਇਸ ਤਰ੍ਹਾਂ ਦਾ ਮਾਹੌਲ ਉੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ। ਤੇ ਚਲੋ ਫਿਰ ਚੱਲਦੇ, ਧੁੱਪ ਜ਼ਿਆਦਾ ਜਿਹੜੀ ਕਿ ਤਿੱਖੀ ਆ ਜੀ, ਤੇ ਚਲੋ ਜੀ ਚੱਲਦੇ ਹਾਂ। ਤੇ ਹਾਂਜੀ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਜੀ, ਅੱਜ ਜਿਹੜੀ ਕਿ 4 ਜੂਨ ਹੈਗੀ ਜੀ, 4 ਜੂਨ ਦਿਨ ਐਤਵਾਰ ਆ ਜੀ, ਠੀਕ ਹੈ। ਤੇ ਅੱਜ ਅਸੀਂ ਸਪੈਸ਼ਲੀ ਆਏ ਹਾਂ ਜੀ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਵਾ, ਇਹ ਕਾਲੀ ਬੰਗਾ ਨਾਮ ਕਿਉਂ ਪਿਆ ਵਾ, ਇਹਦੇ ਬਾਰੇ ਵੀ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਦੇਵਾਂਗੇ, ਤੇ ਨਾਲ ਹੀ ਜਿਹੜਾ ਕਿ ਪੀਲੀ ਬੰਗਾ ਜਿਹੜੀ ਤਹਿਸੀਲ ਪੈਂਦੀ ਆ, ਹਨੂੰਮਾਨਗੜ੍ਹ ਜ਼ਿਲ੍ਹਾ ਲੱਗਦਾ ਵਾ। ਤੇ ਇੱਧਰ ਸਾਰਾ ਜਿਹੜਾ ਕਿ ਪਿੰਡ ਵਾ, ਮੈਂ ਤੁਹਾਨੂੰ ਪਿੰਡ ਦਾ ਵੀ ਜਿਹੜਾ ਕਿ ਵਿਊ ਦਿਖਾ ਦੇਣਾ ਵਾ, ਇਹ ਤੁਸੀਂ ਜਿਹੜਾ ਮੇਰੇ ਪਿੱਛੇ ਦੇਖ ਸਕਦੇ ਹੋ, ਸਾਰਾ ਜਿਹੜਾ ਕਿ ਪਿੰਡ ਦਾ ਮਾਹੌਲ ਆ ਜੀ, ਪੂਰਾ ਵੱਡਾ ਇੱਕ ਪਿੰਡ ਹੈਗਾ ਵਾ। ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਦੇ ਪਾਸੇ, ਤੇ ਅੰਦਰ ਦੇ ਪਾਸੇ ਜਿਹੜਾ ਮੇਰੇ ਪਿੱਛੇ ਜਿਹੜਾ ਕਿ ਬਣਿਆ ਪੈਂਦਾ ਆਫਿਸ, ਜਿਹੜਾ ਆਪਾਂ ਕਹਿੰਦੇ ਮਿਊਜ਼ੀਅਮ ਹੈ ਨਾ, ਉਹ ਮਿਊਜ਼ੀਅਮ ਬਣਿਆ ਪਿਆ ਵਾ। ਤੇ ਮਿਊਜ਼ੀਅਮ 'ਚ ਆਪਾਂ ਲੈਂਦੇ ਹਾਂ ਟਿਕਟ, ਫਿਰ ਟਿਕਟ ਲੈ ਕੇ ਆਪਾਂ ਸਿੱਧਾ ਚੱਲਦੇ ਹਾਂ ਅੰਦਰ, ਤੇ ਨਾਲੇ ਇੱਥੇ ਦਾ ਤੁਹਾਨੂੰ ਸਾਰਾ ਇਤਿਹਾਸ ਵੀ ਦੱਸਦੇ ਹਾਂ, ਕਾਲੀ ਬੰਗਾ ਦਾ ਕੀ ਇਤਿਹਾਸ ਹੈਗਾ, ਹੜੱਪਾ ਕਾਲ, ਸਿੰਧੂ ਘਾਟੀ ਸਭਿਅਤਾ ਦਾ ਜਿਹੜਾ ਇਤਿਹਾਸ ਬੜਾ 4000 ਸਾਲ ਪੁਰਾਣਾ ਜਿਹੜਾ ਇਤਿਹਾਸ ਹੈਗਾ ਵਾ। ਚਲੋ ਅੰਦਰ ਚੱਲਦੇ ਹਾਂ, ਤੇ ਨਾਲੇ ਜਿਹੜੀ ਆਪਾਂ ਲੈਂਦੇ ਹਾਂ ਟਿਕਟ, ਠੀਕ ਹੈ ਜੀ, 5 ਰੁਪਏ ਪਤਾ ਨਹੀਂ 10 ਰੁਪਏ ਟਿਕਟ ਹੈਗੀ ਆ, ਤੇ ਲੈ ਕੇ ਤੇ ਫਿਰ ਜਿਹੜਾ ਆਪਾਂ ਅੰਦਰ ਚੱਲਦੇ ਹਾਂ ਜੀ। ਤੇ ਲਓ ਜੀ ਇਹ ਜਿਹੜਾ ਕਿ ਬਾਹਰ ਦਾ ਜਿਹੜਾ ਮੇਨ ਆਉਂਦਾ ਆਫਿਸ ਹੈਗਾ ਵਾ, ਤੇ ਹੁਣ ਇੱਥੇ ਆਪਾਂ ਲੈਂਦੇ ਹਾਂ ਟਿਕਟ, ਤੇ ਨਾਲੇ ਜਿਹੜਾ ਅੰਦਰ ਬਣਿਆ ਪਿਆ ਅੰਦਰ ਮਿਊਜ਼ੀਅਮ। ਲਓ ਜੀ ਸਾਡੇ ਨਾਲ ਇੱਕ ਵੱਡੀ ਕਲੋਲ ਹੋ ਗਈ, ਕਲੋਲ ਹੈ ਹੋ ਗਈ ਜੀ, ਮਤਲਬ ਟਿਕਟਾਂ ਦਾ ਕਾਊਂਟਰ ਜਿਹੜਾ ਵੀ ਬੰਦ ਹੋ ਗਿਆ ਵਾ, 5 ਵਜੇ ਤੋਂ ਬਾਅਦ ਜਿਹੜਾ ਬੰਦ ਕਰ ਦਿੰਦੇ ਆ। ਤੇ ਇਹ ਸਾਹਮਣੇ ਜਿਹੜਾ ਕਿ ਕਾਲੀ ਬੰਗਾ ਦਾ ਸਾਰਾ ਪਿੰਡ ਦਾ ਮਾਹੌਲ ਆ ਜੀ, ਤੇ ਹੁਣ ਆਪਾਂ ਜਿਹੜਾ ਅੰਦਰ ਚੱਲਦੇ ਹਾਂ, ਤੇ ਅੰਦਰ ਦਾ ਪਾਸਾ ਜਿਹੜਾ ਕਹਿੰਦੇ ਆ ਵੀ ਤੁਸੀਂ ਸਾਰਾ ਫ੍ਰੀ ਆਫ ਕੋਸਟ ਘੁੰਮ ਸਕਦੇ ਹੋ। ਤੇ ਅੰਦਰ ਪਹਿਲੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਵਾ ਜੀ, ਆਹ ਦੇਖੋ ਆਹ ਲਿਖਿਆ ਪਿਆ ਨਾ ਸਾਰਾ ਸਿਸਟਮ, ਤੇ ਆਹ ਜਿਹੜਾ ਕਿ ਬੋਰਡ ਲੱਗਿਆ ਵਾ, ਤੇ ਇੱਥੇ ਜਿਹੜਾ ਕਿ ਸਾਰਾ ਕੁਛ ਦੱਸਿਆ ਪਿਆ ਵਾ, ਜਿਵੇਂ ਤੁਸੀਂ ਦੇਖ ਸਕਦੇ ਹੋ ਹੈ ਨਾ, ਕਿ ਇਹ ਮਿਊਜ਼ੀਅਮ ਆ ਜੀ, ਠੀਕ ਆ। ਤੇ ਆਹ ਜਿਹੜੀ ਰੋਡ ਜਾ ਰਹੀ ਆ ਹਨੂੰਮਾਨਗੜ੍ਹ ਨੂੰ ਅੰਦਰ, ਜਿਹੜੀ ਪੀਲੀ ਬੰਗਾ ਨੂੰ, ਤੇ ਆਹ ਜਿਹੜਾ ਕਿ ਸਮਾਨ ਸਮੂਨ ਜਿਹੜਾ ਵਿੱਚੋਂ ਨਿਕਲਿਆ ਸੀ ਨਾ ਉਹਨਾਂ ਦੇ, ਤੇ ਉਹ ਸਾਰਾ ਜਿਹੜਾ ਕਿ ਥੱਲੇ ਘਰ ਘੁਰ ਲੱਭੇ ਸੀ, ਸਾਰੀ ਚੀਜ਼ ਹੈ ਨਾ। ਬਾਕੀ ਆਪਾਂ ਅੰਦਰ ਚੱਲਦੇ ਹਾਂ,
ਹੁਣ ਉਹ ਮਿਊਜ਼ੀਅਮ ਜਿਹੜਾ ਵੀ ਹੁਣ ਅੰਦਰੋਂ ਹੋ ਗਿਆ ਸੀ ਬੰਦ ਜੀ, ਠੀਕ ਹੈ, 5 ਵਜੇ ਤੱਕ ਦੀ ਜਾਂਦੀ ਮਤਲਬ ਐਂਟਰੀ ਸੀ, ਅਤੇ ਇਸ ਕਰਕੇ ਜਿਹੜਾ ਟਿਕਟ ਵੀ ਨਹੀਂ ਮਿਲੀ ਅਤੇ ਐਂਟਰੀ ਵੀ ਜਿਹੜੀ ਬੰਦ ਸੀ, ਅਤੇ 5 ਰੁਪਏ ਜਿਹੜੀ ਟਿਕਟ ਸੀ ਜੀ, ਅਤੇ ਹੁਣ ਜਿਹੜਾ ਆਪਾਂ ਉਹ ਕਹਿੰਦੇ ਵੀ ਤੁਸੀਂ ਇਸ ਵਾਲੇ ਜਿਹੜੇ ਕਿ ਬਾਹਰ ਦਾ ਏਰੀਆ ਵਾ ਨੂੰ ਤੁਸੀਂ ਦੇਖ ਸਕਦੇ ਹੋ, ਪਰ ਜਿਹੜਾ ਉੱਥੋਂ ਸਮਾਨ ਨਿਕਲਿਆ ਸੀ ਉਹ ਤੁਸੀਂ ਨਹੀਂ ਦੇਖ ਸਕਦੇ। ਚਲੋ ਕੋਈ ਨਾ ਜੀ, ਮੈਂ ਜਿਹੜਾ ਕਿ ਉਹਦਾ ਸਕਰੀਨਸ਼ੋਟ ਫਿਰ ਵੀ ਲਾ ਦੂੰਗਾ ਕਿੱਧਰੋਂ ਨਾ ਕਿੱਧਰੋਂ ਚੱਕ ਕੇ ਆਪਾਂ, ਹੈ ਨਾ, ਅਤੇ ਪਰ ਤੁਹਾਨੂੰ ਜ਼ਰੂਰ ਆਪਾਂ ਦਿਖਾਵਾਂਗੇ ਅਤੇ ਆਹ ਸਾਰੀ ਗੱਲਬਾਤ ਮਾਹੌਲ ਹੈਗਾ ਵਾ। ਅਤੇ ਬਾਕੀ ਉਹੀ ਗੱਲ ਹੋ ਗਈ ਜੀ ਸਾਡੇ ਨਾਲ, ਮਤਲਬ ਕਲੋਜ਼ ਹੋ ਗਈ। ਚਲੋ ਬਸ ਥੋੜ੍ਹਾ ਜਿਹਾ ਮਿਊਜ਼ੀਅਮ ਰਹਿ ਗਿਆ, ਬਾਕੀ ਤਾਂ ਸਾਰਾ ਤੁਹਾਨੂੰ ਆਪਾਂ ਇਤਿਹਾਸ ਦੱਸਦੇ ਹਾਂ, ਅਤੇ ਕਾਫੀ ਲੋਕ ਜਿਹੜੇ ਦੇਖਣ ਆਏ ਇੱਧਰ ਪਾਸੇ, ਤੁਸੀਂ ਦੇਖ ਸਕਦੇ ਹੋ ਪਹਿਲੇ ਵੀ ਦੇਖ ਕੇ ਚਲੇ ਗਏ ਆ, ਅਤੇ ਆਪਣਾ ਜੱਸਾ ਬਾਈ, ਅਤੇ ਆਹ ਗੱਲਬਾਤ ਹੈਗੀ ਸੀ ਜੀ। ਅਤੇ ਬਾਕੀ ਜਿਹੜਾ ਹੁਣ ਚੱਲਦੇ ਹਾਂ ਆਪਾਂ ਉੱਤੇ, ਉੱਤੇ ਜਾ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਂਦੇ ਹਾਂ, ਕਿੱਥੇ ਕਿੱਥੇ ਖੁਦਾਈ ਹੋਈ ਸੀ ਸਾਰਾ ਕੁਛ, ਹੈ ਨਾ, ਅਤੇ ਕਿਵੇਂ ਜਿਹੜਾ ਇਹ ਸਿੰਧੂ ਘਾਟੀ ਸਭਿਅਤਾ ਦੇ ਨਾਲ ਜੁੜਿਆ ਵਾ, ਅਤੇ ਇੱਕ ਖਾਸ ਗੱਲ ਹੋਰ ਵੀ ਹੈਗੀ ਆ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਗੱਲਬਾਤ ਇੱਦਾਂ ਹੈ ਜੀ, ਮਤਲਬ ਕਿ ਜਿਹੜਾ ਅੱਧਰ ਜਿਹੜਾ ਸਾਈਡ ਦੇ ਵਿੱਚ ਨਾ ਇੱਕ ਨਦੀ ਪੈਂਦੀ ਸੀ, ਉਹ ਨਦੀ ਦਾ ਨਾਮ ਜਿਹੜਾ ਕਿ ਸਰਸਵਤੀ ਨਦੀ ਆ, ਅਤੇ ਉਹ ਸਰਸਵਤੀ ਨਦੀ ਮਤਲਬ ਕਿ ਗੈਪ ਹੋ ਚੁੱਕੀ ਆ, ਮਤਲਬ ਕਿ ਪਹਿਲੇ 4000 ਸਾਲ ਪਹਿਲੇ ਉਹ ਨਦੀ ਚੱਲਦੀ ਸੀ, ਅਤੇ ਇੱਥੇ ਪੂਰਾ ਪਿੰਡ ਵਸਿਆ ਸੀ ਜੀ ਇਹ ਕਾਲੀ ਬੰਗਾ ਦੇ ਵਿੱਚ, ਹੈ ਨਾ। ਅਤੇ ਕਾਲੀ ਬੰਗਾ ਇਸ ਕਰਕੇ ਇਹਨੂੰ ਕਿਹਾ ਜਾਂਦਾ ਵਾ ਜੀ, ਕਿਉਂਕਿ ਇੱਥੇ ਜਿਹੜੇ ਕਿ ਕਾਲੇ ਰੰਗ ਦੀਆਂ ਕਹਿੰਦੇ ਚੂੜੀਆਂ ਵੀ ਨਿਕਲੀਆਂ ਸੀ, ਜਿੱਥੋਂ ਵੀ ਇਹਦਾ ਨਾਮ ਕਾਲੀ ਬੰਗਾ ਰੱਖਿਆ ਗਿਆ। ਅਤੇ ਜਿਹੜਾ ਪੀਲੀ ਬੰਗਾ ਤਹਿਸੀਲ ਆ ਜੀ, ਉਹਦਾ ਪੀਲੀ ਬੰਗਾ ਤਾਂ ਨਾਮ ਰੱਖਿਆ ਗਿਆ ਜੀ, ਕਿਉਂਕਿ ਉੱਥੇ ਵੀ ਜਿਹੜੇ ਕਿ ਪੀਲੀ ਬੰਗਾ ਦੇ ਵਿੱਚ ਵੀ ਇੱਕ ਐਸੀ ਜੀ ਥਾਂ ਬਣੀ ਪਈ ਆ, ਅਤੇ ਉੱਥੇ ਪਰ ਦੇਖਭਾਲ ਨਹੀਂ ਹੈਗੀ, ਹੈ ਨਾ, ਪਰ ਇੱਥੇ ਪ੍ਰੋਪਰ ਜਿਹੜੀ ਦੇਖਭਾਲ ਹੈਗੀ ਇਸ ਜਗ੍ਹਾ ਦੀ, ਇਸ ਥਾਂ ਦੀ। ਅਤੇ ਉੱਥੇ ਜਿਹੜੀ ਪੀਲੇ ਰੰਗ ਦੀਆਂ ਚੂੜੀਆਂ ਵਗੈਰਾ ਤੁਸੀਂ ਕਹਿ ਸਕਦੇ ਨਿਕਲੀਆਂ ਸੀ, ਬੰਗਾ ਨਿਕਲੀਆਂ ਸੀ ਨਾ, ਅਤੇ ਪੰਜਾਬੀ 'ਚ ਬੰਗਾ ਕਹਿ ਦਿੰਦੇ ਆਪਾਂ ਚੂੜੀਆਂ ਨੂੰ, ਅਤੇ ਇਸ ਕਰਕੇ ਪੀਲੀ ਬੰਗਾ ਅਤੇ ਕਾਲੀ ਬੰਗਾ ਇਹ ਜਿਹੜਾ ਕਿ ਇਹਨਾਂ ਦਾ ਨਾਮ ਫੇਮਸ ਆ ਜੀ, ਤੁਸੀਂ ਗੂਗਲ ਦੇ ਉੱਪਰ ਵੀ ਸਰਚ ਕਰ ਸਕਦੇ ਹੋ, ਪ੍ਰੋਪਰ ਜਾਣਕਾਰੀ ਦਿੱਤੀ ਪਈ ਆ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਜਿਹੜੀ ਹੁਣ ਐਸ਼ਟਮ ਨਦੀ ਚੱਲਦੀ ਆ ਉਹਦੇ ਸਾਈਡ ਵਾਲੀ, ਉਹ ਚੱਲਦੀ ਘੱਗਰ ਨਦੀ, ਹੈ ਨਾ, ਜਿਹਨੂੰ ਕਿ ਘੱਗਰ ਹਾਕਰਾ ਵੀ ਬੋਲ ਦਿੰਦੇ ਆ, ਅਤੇ ਜਿਹੜੀ ਕਿ ਪਿੱਛੋਂ ਹਿਮਾਚਲ ਦੀ ਪਹਾੜੀਆਂ ਤੋਂ ਆਉਂਦੀ ਆ, ਸ਼ਿਵਲਿੰਗ ਦੀ ਪਹਾੜੀਆਂ ਜਿਹੜੀਆਂ ਹੁੰਦੀਆਂ ਵਾ ਨਾ, ਉੱਥੋਂ ਆਉਂਦੀ ਆ ਜੀ ਉਹਦੀ, ਅਤੇ ਉਹ ਹੁਣ ਐਸ਼ਟਮ ਦੀ ਜੂੰਦੀ ਜਾਗਦੀ ਨਦੀ ਦੇ ਕਿਨਾਰੇ ਚੱਲਦੀ ਆ, ਮਤਲਬ ਕਿਨਾਰੇ ਕਹਿ ਸਕਦੇ ਹੋ, ਕਿਉਂਕਿ ਥੋੜੀ ਦੂਰ ਹੀ ਆ, ਜ਼ਿਆਦਾ ਨਹੀਂ, ਮਤਲਬ ਕਿ 1.5-2 ਕਿਲੋਮੀਟਰ ਏਰੀਆ 'ਚ ਹੀ ਆ, ਕਾਫੀ ਆ ਤਿੱਖੀ। ਅਤੇ 5 ਮਿੰਟ ਸਾਹ ਲੈਂਦੇ, ਫਿਰ ਆਪਾਂ ਉੱਪਰ ਚੱਲ ਕੇ ਉੱਪਰ ਦਾ ਤੁਹਾਨੂੰ ਇਤਿਹਾਸ ਬਾਰੇ ਦੱਸਦੇ ਹਾਂ ਜੀ, ਨਹੀਂ ਕਾਫੀ ਚੀਜ਼ਾਂ ਦਿਖਾਉਂਦੇ ਤੈਨੂੰ ਆ ਜਾ। ਅਤੇ ਇੱਕ ਗੱਲ ਹੋਰ ਹੈ ਜੀ, ਪਤਾ ਕੀ ਆ, ਜਿਹੜੀ ਕਿ ਜੇ ਤੁਸੀਂ ਇਹਦੇ ਮਤਲਬ ਇਤਿਹਾਸ ਬਾਰੇ ਪ੍ਰੋਪਰ ਜਾਣਨਾ ਚਾਹੁੰਦੇ ਹੋ ਨਾ, ਅਤੇ ਇੱਕ ਜਿਹੜੀ ਫਿਲਮ ਬਣੀ ਪਈ ਆ ਰਿਤਿਕ ਰੋਸ਼ਨ ਦੀ, ਮੋਹਨ ਜੋਦੜੋ ਪਤਾ ਨਹੀਂ ਏਦਾਂ ਕਰਕੇ ਨਾਮ ਆ ਫਿਲਮ ਦੇ ਉੱਤੇ, ਹਾਂ ਮੋਹਨ ਜੋਦੜੋ ਜਿਹੜਾ ਕਿ ਨਾਮ ਆ ਜੀ, ਅਤੇ ਉਹ ਮਤਲਬ ਕਹਾਣੀ ਦੇ ਵਿੱਚ ਪੂਰੀ ਦੱਸੀ ਪਈ ਹੜੱਪਾ ਕਾਲ ਸਿੰਧੂ ਘਾਟੀ, ਹੈ ਨਾ, ਉਹ ਸਾਰਾ ਮਤਲਬ ਇਤਿਹਾਸ ਆ ਜੀ। ਅਤੇ ਬਾਕੀ ਆਪਾਂ ਤੁਹਾਨੂੰ ਸੰਖੇਪ ਦੇ ਵਿੱਚ ਇਤਿਹਾਸ ਦੀ ਸਾਂਝ ਪਾਵਾਂਗੇ, ਕਿਉਂਕਿ ਫਿਰ ਉਹੀ ਗੱਲ ਹੈ, ਮੈਨੂੰ ਜ਼ਿਆਦਾ ਹੈ ਨਾ ਹੋ ਜਾਂਦਾ ਵਾ, ਓਵਰਲੋਡ ਹੋ ਜਾਂਦਾ ਕੰਮ, ਹੈ ਨਾ, ਆਪਾਂ ਕੰਮ ਨਹੀਂ ਕਰਦੇ। ਇਹ ਜਿਹੜੇ ਖੰਭੇ ਲੱਗੇ ਇਸ ਕਰਕੇ ਲੱਗੇ ਆ, ਕਿਉਂਕਿ ਇੱਥੇ ਨਾ ਜਿਹੜਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦਿਖਾਵਾਂਗਾ, ਉਹ ਮਤਲਬ ਕਿ ਚੀਜ਼ਾਂ ਵਾ ਅੱਗੇ ਥੰਬ ਆਣਗੇ, ਅਤੇ ਉੱਥੇ ਖੇਤੀਬਾੜੀ ਹੁੰਦੀ ਸੀ, ਅਤੇ ਇਹ ਸਾਰਾ ਮਤਲਬ ਪਾਣੀ ਦਾ ਇਲਾਕਾ ਸੀ, ਅਤੇ ਮਤਲਬ ਤੁਸੀਂ ਲਾ ਲਓ ਹੁਣ ਹਿਸਾਬ, ਇਹਦੀ ਗੱਲ ਆ ਜੀ, ਮੰਨਣ ਵਾਲੀ ਗੱਲ ਆ, ਹੁਣ ਕਈ ਮੰਨਦੇ ਆ ਕਈ ਨਹੀਂ ਵੀ ਮੰਨਦੇ, ਬਾਕੀ ਸਹੀ ਜੇ ਸੋਚੋਗੇ ਦਿਮਾਗ ਨਾਲ ਤਾਂ ਗੱਲ ਇੱਦਾਂ ਵਾ ਜੀ। ਦੇਖੋ ਤੁਸੀਂ ਆਪ ਸੋਚੋ ਵੀ ਮਿੱਟੀ ਜਿਹੜੀ ਹੈਗੀ ਆ ਮਿੱਟੀ ਦੇ ਵਿੱਚ ਹੀ ਰਹੂਗੀ, ਹੈ ਨਾ, ਮਿੱਟੀ ਦੇ ਵਿੱਚ ਰਹੂਗੀ, ਜਿਹਦੇ ਕਰਕੇ ਮਿੱਟੀ ਨੂੰ ਆਪਾਂ ਉਹ ਚੀਜ਼ ਨੂੰ ਪੁਰਾਣੀ ਨਹੀਂ ਕਹਿ ਸਕਦੇ। ਬਾਕੀ ਹਾਂ, ਜਿਹੜੇ ਭਾਂਡੇ ਨਿਕਲੇ ਜਿਵੇਂ ਪਿੱਤਲ ਦੇ, ਤਾਂਬੇ ਦੇ, ਉਹ ਚੀਜ਼ਾਂ ਜ਼ਰੂਰ ਪੁਰਾਣੀਆਂ ਆਪਾਂ ਕਹਿ ਸਕਦੇ ਹੈਗੀ, ਹੋ ਸਕਦੀਆਂ ਵਾ ਅਤੇ ਹੋਣਗੀਆਂ ਵੀ, ਹੈ ਨਾ। ਅਤੇ ਬਾਕੀ ਜੇ ਉਹ ਕੰਕਾਲ ਦੀ ਗੱਲ ਕਰੀਏ, ਤਾਂ ਉਹ ਕੰਕਾਲ ਵੀ ਲੋਕ ਕਹਿੰਦੇ 8 ਫੁੱਟ ਦਾ, ਬਾਕੀ 8 ਫੁੱਟ ਦੀ ਚਲੋ ਗੱਲ ਹੈਗੀ ਆ, ਬਾਕੀ ਸਾਡੇ ਰਿਸ਼ਤੇਦਾਰ ਨੇ ਦੱਸਿਆ ਸੀ 8 ਫੁੱਟ ਦਾ ਕੰਕਾਲ ਨਹੀਂ ਆ, ਉਹ 6 ਫੁੱਟ ਦਾ ਹੈਗਾ, 6 ਫੁੱਟ ਦਾ ਹੈਗਾ ਵਾ। ਅਤੇ ਬਾਕੀ ਹੈ ਨਾ, ਮਤਲਬ ਕਿ ਕਾਫੀ ਜਿਹੜੀ ਗੱਲਾਂ ਲੁਕੋਈਆਂ ਵੀ ਜਾ ਰਹੀਆਂ ਵਾ, ਛੁਪਾਈਆਂ ਵੀ ਜਾ ਰਹੀਆਂ ਵਾ, ਪ੍ਰੋਪਰ ਜਿਹੜਾ ਕਿ ਪਬਲਿਕ ਅੱਗੇ ਇਹ ਚੀਜ਼ ਨੂੰ ਨਹੀਂ ਦੱਸਦੇ। ਹੁਣ ਪਤਾ ਨਹੀਂ ਕਾਰਨ ਕੀ ਆ, ਕਿ ਇਤਿਹਾਸ ਨੂੰ ਲੁਕਾਉਂਦੇ ਕੀ ਆ, ਦੇਖੋ ਜੀ ਇਹ ਸਾਰੇ ਪਿਰਲਰ ਲੱਗੇ ਪਏ ਆ, ਖੰਭੇ ਲੱਗੇ ਪਏ ਆ, ਤੁਸੀਂ ਛੋਟੇ ਛੋਟੇ ਦੇਖ ਸਕਦੇ ਹੋ। ਅਤੇ ਆਹ ਜਿਹੜਾ ਕਿ ਵਿੱਚ ਕਾਲੇ ਰੰਗ ਦਾ ਜਿਹੜਾ ਕਿ ਇੱਕ ਕਹਿ ਸਕਦੇ ਹੋ ਤਰਪਾਲ, ਜਿਹੜਾ ਕਿ ਆਪਾਂ ਮੋਮ ਜਮਾ ਕਹਿ ਸਕਦੇ, ਉਹ ਲੱਗਿਆ ਬਾਈ। ਹੁਣ ਇੱਥੇ ਜਿਹੜੀ ਕਿ ਖੇਤੀ ਦਾ ਇਲਾਕਾ ਸੀ ਸਾਰਾ, ਅਤੇ ਇਹ ਜਿਹੜੀ ਹੁਣ ਮੈਂ ਤੁਹਾਨੂੰ ਦਿਖਾਉਣਾ, ਇਹ ਜਿਹੜੀ ਕਿ ਮਿੱਟੀ ਹੈਗੀ ਆ, ਅਤੇ ਇਹ ਮਿੱਟੀ ਜਿਹੜੇ ਕਿ ਇਹਨਾਂ ਵਿੱਚ ਹੀ ਘਰ ਹੁੰਦੇ ਸੀ ਉਹਨਾਂ ਦੇ, ਅਤੇ ਉਹ ਜਿਹੜੇ ਕਿ ਦੱਬੇ ਗਏ, ਹੈ ਨਾ, ਜਿਹੜਾ ਹੜ ਆਉਂਦਾ ਵਾ, ਹੜ ਜਿਹੜਾ ਕਿ ਮਤਲਬ ਕਿ ਨਦੀ ਆ, ਜਿਹੜਾ ਪਤਾ ਨਹੀਂ ਹੁਣ ਸਰਸਵਤੀ ਨਦੀ ਦਾ ਸੀ ਹੜ, ਪਤਾ ਨਹੀਂ ਰੱਬ ਜਾਣੇ ਕਿਸ ਚੀਜ਼ ਦਾ ਹੜ ਸੀ, ਹੈ ਨਾ। ਅਤੇ ਉਹ ਮਤਲਬ ਕਿ ਡਿਟੇਲ ਦੇ ਵਿੱਚ ਜੇ ਹਿਸਟਰੀ ਜਾਂਦਾ, ਮਤਲਬ ਬੜੀ ਡੂੰਘੀ ਹਿਸਟਰੀ ਆ ਜੀ ਇਹਦੀ। ਅਤੇ ਆਹ ਸਾਰੀਆਂ ਚੀਜ਼ਾਂ ਵਾ, ਹੈ ਨਾ, ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਵੇਂ ਮਿੱਟੀ ਦੇ ਜਿਹੜੇ ਹੈ ਨਾ ਖਿਲਰੇ ਪਏ ਆ ਜੀ, ਜਿਹੜੇ ਛੋਟੇ ਛੋਟੇ ਵੱਟੇ, ਹੈ ਨਾ, ਆਪਾਂ ਜਿਵੇਂ ਦਿਖ ਰਹੀਆਂ ਕਹਿ ਦਿੰਦੇ, ਹੈ ਨਾ, ਉਹ ਚੀਜ਼ਾਂ ਵਾ ਜੀ। ਅਤੇ ਕਾਫੀ ਉੱਤੇ ਆਪਾਂ ਜਾ ਰਹੇ ਹਾਂ, ਅਤੇ ਆਹ ਜਿਹੜਾ ਕਿ ਮਾਹੌਲ ਆ, ਹੁਣ ਮੈਂ ਤੁਹਾਨੂੰ ਉਹ ਵੀ ਚੀਜ਼ਾਂ ਦਿਖਾਉਣਾ ਜਿੱਥੇ ਜਿੱਥੇ ਖੁਦਾਈਆਂ ਹੋਈਆਂ ਸੀ। ਪੂਰਾ ਬਰਾਨ ਇਲਾਕਾ ਵਾ, ਅਤੇ ਉੱਧਰ ਸਾਰਾ ਪਿੰਡ ਵਾ ਜੀ, ਭਲਾ ਕਿਹੜਾ, ਕਾਲੀ ਬੰਗਾ। ਅਤੇ ਆਹ ਦੇਖੋ ਪੂਰਾ ਕਾਫੀ ਖੁੱਲ੍ਹਾ ਵੱਡਾ ਏਰੀਆ ਵਾ, ਆਪਾਂ ਪੂਰਾ ਉੱਤੇ ਆ ਗਏ ਹਾਂ।
ਤੇ ਬਾਕੀ ਇੱਕ ਤੁਹਾਨੂੰ ਚੀਜ਼ ਹੋਰ ਵੀ ਦਿਖਾਵਾਂਗੇ ਜਿੱਥੇ ਹੁਣ ਆਹ ਦੇਖੋ ਜੀ ਹੁਣ ਆਹ ਇੱਕ ਐਵੇਂ ਲੱਗਦਾ ਜਿਵੇਂ ਕਿ ਇੱਥੇ ਕੋਈ ਖੇਤੀਬਾੜੀ ਜਾਂ ਕੋਈ ਐਸਾ ਕੰਮ ਹੁੰਦਾ ਹੋਊਗਾ ਨਾ ਜਿਹਦੇ ਕਰਕੇ ਜਗ੍ਹਾ ਖਾਲੀ ਕੀਤੀ ਪਈ ਆ ਹੁਣ ਆਹ ਵੀ ਕਾਰਨ ਆ ਬਸ ਉਹੀ ਗੱਲ ਹੈ ਜੀ ਸਾਰੀ ਚੀਜ਼ਾਂ ਲੁਕਾਉਂਦੇ ਆ ਹੈ ਨਾ ਅਤੇ ਵੱਡੇ ਵੱਡੇ ਖੱਡੇ ਪਏ ਹੋਏ ਆ ਹੈ ਨਾ ਅਤੇ ਸਾਰੀਆਂ ਚੀਜ਼ਾਂ ਹੈਗੀਆਂ ਵਾ ਅਤੇ ਆਪਾਂ ਵੀ ਚੱਲਦੇ ਹਾਂ ਇੱਕ ਸਪੈਸ਼ਲ ਥਾਂ ਦੇ ਉੱਤੇ ਜਿੱਥੇ ਲੋਕ ਕਾਫੀ ਗਏ ਆ ਉੱਥੇ ਜਾ ਕੇ ਉੱਥੇ ਦੀ ਗੱਲਬਾਤ ਦੱਸਦੇ ਆ ਲਓ ਜੀ ਆਹ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਟੀਨ ਜਿਹੜਾ ਕਿ ਸ਼ੈੱਡ ਲੱਗਿਆ ਪੈਣਾ ਅੱਧੇ ਪਾਸੇ ਜਿੱਧਰ ਮੇਰਾ ਹੱਥ ਵਾ ਅਤੇ ਆਹ ਜਿਹੜਾ ਕਿ ਉਹ ਟੀਨ ਦੇ ਮਤਲਬ ਕਿ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਉਹ ਟੀਨ ਕਿਉਂ ਪਾਇਆ ਪਿਆ ਉੱਥੇ ਇੱਕ ਕਾਰਨ ਸੀ ਉਹ ਵੀ ਮੈਂ ਤੁਹਾਨੂੰ ਸਕਰੀਨਸ਼ੋਟ ਫੋਟੋ ਦੇ ਵਿੱਚ ਲਾ ਦਾਂਗਾ ਉੱਥੇ ਜਿਹੜਾ ਕਿ ਇੱਕ ਖੂਹ ਹੁੰਦਾ ਸੀ ਪੁਰਾਣਾ ਨਾ ਉਹ ਖੂਹ ਦੀ ਤੁਹਾਨੂੰ ਤਸਵੀਰ ਦਿਖਾਈ ਜਾਏਗੀ ਵਿੱਚ ਦੀ ਹੈ ਨਾ ਉਹ ਮਤਲਬ ਕਿ ਖੂਹ ਜਿਹੜਾ ਹੁੰਦਾ ਸੀ ਉੱਥੇ 4000 ਸਾਲ ਪੁਰਾਣਾ ਹੀ ਖੂਹ ਹੋਏਗਾ ਅਤੇ ਉਹਨੂੰ ਜਿਹੜਾ ਕਿ ਕਵਰ ਕਰਕੇ ਉੱਥੇ ਜਿਹੜੀ ਕਿ ਸ਼ੈੱਡ ਆ ਜੀ ਲੋਹੇ ਦੀ ਟੀਨ ਹੁੰਦੀ ਹੈ ਨਾ ਜਿਹੜੀ ਉਹਦੀ ਸ਼ੈੱਡ ਛੱਤ ਪਾ ਦਿੱਤੀ ਆ ਅਤੇ ਉੱਥੇ ਆਪਾਂ ਚੱਲਦੇ ਹਾਂ ਲੋਕ ਵੀ ਬੈਠੇ ਪਏ ਆ ਅਤੇ ਆਪਾਂ ਚੱਲਦੇ ਨਾਲੇ ਤੁਹਾਨੂੰ ਹੋਰ ਵੀ ਜਿਹੜੀ ਚੀਜ਼ਾਂ ਹੈਗੀਆਂ ਨਾ ਜਿੱਥੇ ਖੁਦਾਈਆਂ ਆਈਆਂ ਉਹ ਵੀ ਤੁਹਾਨੂੰ ਦਿਖਾਉਂਦੇ ਚੱਲਦੇ ਹਾਂ ਅਤੇ 4000 ਸਾਲ ਜਿਹੜੀ ਕਿ ਹੜੱਪਾ ਕਾਲ ਦੀ ਜਿਹੜੀ ਕਿ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕ ਇੱਥੇ ਰਹਿੰਦੇ ਸਨ ਅਤੇ ਜਿਹੜੀ ਕਿ ਨਾਲ ਜਿਹੜੀ ਨਦੀ ਹੁੰਦੀ ਸੀ ਸਰਸਵਤੀ ਨਦੀ ਜਿਹੜੀ ਕਿ ਗਾਇਬ ਹੋ ਚੁੱਕੀ ਹੈ ਤਾਂ ਉਹਦੇ ਹੁਣ ਕਹਿ ਸਕਦੇ ਹੋ ਕਿ ਘੱਗਰ ਨਦੀ ਜਿਹੜੀ ਕਿ ਘੱਗਰ ਹਾਕਰਾ ਵੀ ਕਹਿ ਦਿੰਦੇ ਘੱਗਰ ਨਦੀ ਵੀ ਕਹਿ ਦਿੰਦੇ ਜਿਹੜੀ ਕਿ ਹਿਮਾਚਲ ਤੋਂ ਆਉਂਦੀ ਹੈ ਸ਼ਿਵਲਾਂਗ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਅਤੇ ਉਹ ਜਿਹੜੇ ਕਿ ਹੁਣ ਅਗਲੇ ਮਹੀਨੇ ਤੋਂ ਜਿਹੜੀ ਕਿ ਉਹ ਨਦੀ ਵੀ ਚਾਲੂ ਹੋ ਜਾਏਗੀ ਮਤਲਬ ਕਿ ਸੀਜ਼ਨ ਬਾਏ ਸੀਜ਼ਨ ਹੀ ਆਉਂਦੀ ਆ ਕੋਈ ਲੰਮੀ ਚੌੜੀ ਉਹ ਗੱਲਬਾਤ ਨਹੀਂ ਹੈਗੀ ਹੈ ਨਾ ਅਤੇ ਉਹ ਇਤਿਹਾਸ ਦੇ ਨਾਲ ਜੁੜਦਾ ਵਾ ਸਾਰਾ ਅਤੇ ਮੈਨੂੰ ਕਿ 28 ਤੋਂ 30 ਕਿਲੋਮੀਟਰ ਦੇ ਏਰੀਏ 'ਚ ਪੈਂਦਾ ਵਾ ਹਨੂੰਮਾਨਗੜ੍ਹ ਜੰਕਸ਼ਨ ਸ਼ਹਿਰ ਤੋਂ ਜੀ ਅਤੇ ਜੇ ਟਾਊਨ ਹੋ ਕੇ ਆਊਗਾ ਤਾਂ ਤੁਹਾਨੂੰ 35 ਤੋਂ 36 ਕਿਲੋਮੀਟਰ ਪੈ ਜੂਗਾ ਏਰੀਆ ਚਲੋ ਆਪਾਂ ਨੂੰ ਉੱਤੇ ਚੱਲਦੇ ਜਿੱਥੇ ਉਹਨਾਂ ਦੀ ਖੁਦਾਈ ਵਗੈਰਾ ਹੋਈ ਸੀ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕੀ ਕੀ ਚੀਜ਼ਾਂ ਹੈਗੀਆਂ ਵਾ ਆਹ ਦੇਖੋ ਜੀ ਆਹ ਵੱਡੇ ਵੱਡੇ ਜਿਹੜੇ ਕਿ ਖੱਡੇ ਪੂਰੇ ਹੈਗੇ ਆ ਹੁਣ ਇਹ ਖੱਡੇ ਐਵੇਂ ਨਹੀਂ ਹੈਗੇ ਜੀ ਆਹ ਦੇਖੋ ਆਹ ਤਰਪਾਲ ਪਾਈ ਪਈ ਆ ਦੇਖੋ ਆਹ ਕਾਲੇ ਰੰਗ ਦੀ ਜਿਹੜੀ ਤਰਪਾਲ ਆ ਹੈ ਨਾ ਇਹ ਤਰਪਾਲ ਐਵੇਂ ਨਹੀਂ ਹੈਗੀ ਇਹ ਤਰਪਾਲ ਦਾ ਇਤਿਹਾਸ ਆ ਕਿਉਂ ਇਤਿਹਾਸ ਹੈ ਕਿਉਂਕਿ ਇਹ ਜਿਹੜੇ ਦੇਖੋ ਇਹ 10-10, 12-12 ਫੁੱਟ ਦੇ ਖੱਡੇ ਆ ਡੂੰਘੇ ਹੈ ਨਾ ਆਹ ਦੇਖੋ ਇਹ ਪੂਰੇ ਖੱਡੇ ਆ ਤੁਸੀਂ ਦੇਖ ਸਕਦੇ ਹੋ ਅਤੇ ਇਹ ਐਵੇਂ ਨਹੀਂ ਹੈਗੇ ਇਹਦੇ ਵਿੱਚ ਖੁਦਾਈ ਹੋਈ ਆ ਪ੍ਰੋਪਰ ਇੱਕ ਖੁਦਾਈ ਕਰਕੇ ਇਹਨਾਂ ਨੇ ਕਾਫੀ ਜਿਹੜੀ ਚੀਜ਼ਾਂ ਕੱਢੀ ਸੀ ਅਤੇ ਇਹ ਜਿਹੜੇ ਤੁਹਾਨੂੰ ਦਿਖਰੀਆਂ ਦਿਖਦੀ ਪਏ ਆ ਵੱਟੇ ਦਿਖਦੇ ਪਏ ਆ ਇਹ ਵੱਟੇ ਦਿਖਰੀਆਂ ਆਮ ਨਹੀਂ ਹੈਗੀਆਂ ਕਿਉਂ ਨਹੀਂ ਹੈਗੀਆਂ ਕਿਉਂਕਿ ਇਹ ਇੱਥੇ ਲੋਕਾਂ ਦੇ ਜਿਹੜੇ ਕਿ ਘਰ ਹੁੰਦੇ ਸੀ ਆ ਦੇਖੋ ਜੀ ਇਹ ਇਸ ਤਰੀਕੇ ਦਾ ਜਿਹੜਾ ਮਾਹੌਲ ਹੈਗਾ ਵਾ ਆਹ ਤੁਸੀਂ ਦੇਖ ਸਕਦੇ ਹੋ ਇਹ ਨਾ ਲੋਕਾਂ ਦੇ ਨੀਹਾਂ ਜਿਹੜੀ ਕਿ ਘਰ ਆ ਉਹ ਥੱਲੇ ਜਿਹੜੇ ਕਿ ਦੱਬੇ ਗਏ ਸੀ ਹੈ ਨਾ ਉੱਥੋਂ ਉਹਨਾਂ ਨੇ ਖੁਦਾਈ ਕੀਤੀ ਸੀ ਪੂਰੇ ਮਤਲਬ ਕਿ ਕਹਿ ਸਕਦੇ ਹੋ ਮਤਲਬ ਕਿ ਹੁਣ ਤਾਂ ਕਾਫੀ ਜ਼ਿਆਦਾ ਜਿਹੜਾ ਕਿ ਡੂੰਘੇ ਖੱਡੇ ਆ ਆਹ ਦੇਖੋ ਚਾਰੋਂ ਪਾਸੇ ਇਹੀ ਮਾਹੌਲ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਪ੍ਰੋਪਰ ਹਿਸਟਰੀ 4000 ਸਾਲ ਪੁਰਾਣੀ ਹਿਸਟਰੀ ਹੈਗੀ ਆ ਜੀ ਕੋਈ ਆਮ ਗੱਲ ਨਹੀਂ ਹੈਗੀ ਆ ਦੇਖੋ ਹੁਣ ਜਿਵੇਂ ਕਿ ਆਹ ਦਿਖ ਰਹੀਆਂ ਵਾ ਠੀਕ ਆ ਹੁਣ ਆਹ ਦਿਖ ਰਹੀਆਂ ਨਾ ਆਹ ਦੇਖੋ ਆਹ ਦਿਖ ਰਹੀਆਂ ਹੁੰਦੀਆਂ ਨਾ ਜਿਹੜੀਆਂ ਕਿ ਘੜਿਆ ਦੀ ਮਿੱਟੀ ਦੀਆਂ ਨਾ ਅਤੇ ਆਹ ਦਿਖ ਰਹੀਆਂ ਦਾ ਮਤਲਬ ਕਿ ਕਹਾਣੀ ਆਈ ਆ ਕਿਉਂਕਿ ਇੱਥੇ ਲੋਕਾਂ ਦੇ ਘਰ ਹੁੰਦੇ ਸੀ ਉਹ ਘਰ ਦੀਆਂ ਨੀਹਾਂ ਪੱਥਰ ਜੋ ਵੀ ਲਾ ਲਓ ਹੈ ਨਾ ਪੱਕੇ ਉਸ ਸਮੇਂ ਦੇ ਜਿਹੜੇ ਕਿ ਇੱਕ ਕਲੋਨੀ ਬਣਾਈ ਗਈ ਸੀ ਹੈ ਨਾ ਉਸ ਲੋਕਾਂ ਵੱਲੋਂ ਕਿਉਂਕਿ ਬੜੇ ਐਡਵਾਂਸ ਦੇ ਵਿੱਚ ਉਹਨਾਂ ਕੋਲ ਟੈਕਨੋਲੋਜੀ ਉਸ ਸਮੇਂ ਦੇ ਵਿੱਚ ਪਹੁੰਚ ਗਈ ਸੀ ਹੈ ਨਾ ਦਿਮਾਗ ਦੇ ਤੌਰ 'ਤੇ ਬੁਲਾਈਏ ਤਾਂ ਉਵੇਂ ਵੀ ਲਾਈਏ ਨਾ ਬੜੀ ਐਡਵਾਂਸ ਟੈਕਨੋਲੋਜੀ ਦੇ ਵਿੱਚ ਉਹ ਇੱਕ ਜਿਹੜੇ ਕਿ ਉਹਨਾਂ ਦੀ ਕਲਾਕ੍ਰਿਤੀਆਂ ਹੁੰਦੀਆਂ ਸੀ ਨਾ ਉਹ ਵੀ ਫੋਟੋਆਂ ਤੁਹਾਨੂੰ ਵਿੱਚ ਵਿੱਚ ਸ਼ੋ ਹੁੰਦੀਆਂ ਰਹਿਣਗੀਆਂ ਨਾ ਵੀਡੀਓ ਵਿੱਚ ਅਤੇ ਸ਼ੇਅਰ ਵੱਧੋ ਵੱਧ ਕਰ ਦਿਓ ਕਿਉਂਕਿ ਹਿਸਟਰੀ ਬੜੀ ਪੁਰਾਣੀ ਹਿਸਟਰੀ ਹੈ ਜਿਸ ਪੂਰੇ 4000 ਸਾਲ ਪੁਰਾਣੀ ਹਿਸਟਰੀ ਆ ਸਿੰਧੂ ਘਾਟੀ ਦੀ ਸਭਿਅਤਾ ਮੈਂ ਤਾਂ ਵਾਰ ਵਾਰ ਕਹਿ ਰਿਹਾ ਵਾਂ ਕਈਆਂ ਨੂੰ ਇਹ ਚੀਜ਼ਾਂ ਐਵੇਂ ਲੱਗਦੀਆਂ ਪਰ ਇਹ ਚੀਜ਼ਾਂ ਹੁੰਦੀਆਂ ਹੈ ਜੀ ਐਵੇਂ ਨਹੀਂ ਹੁੰਦੀਆਂ ਨਾ ਅਤੇ ਬਾਕੀ ਜਿਹੜੀ ਇਹ ਦੇਖੋ ਇਹ ਸਾਰਾ ਖੁੱਲ੍ਹਾ ਇੱਕ ਬਰਾਨ ਏਰੀਆ ਵਾ ਅਤੇ ਪੂਰੇ ਇਸ ਤਰੀਕੇ ਦੀ ਸਾਰਾ ਹੈਗਾ ਪੂਰਾ ਇੱਥੇ ਪਿੰਡ ਦਾ ਪਿੰਡ ਹੀ ਵਸਿਆ ਹੋਇਆ ਸੀ ਉਹ ਪਿੰਡ ਦਾ ਪਿੰਡ ਹੀ ਜਿਹੜਾ ਕਿ ਨਾ ਤਹਿਸ ਨਹਿਸ ਹੋ ਗਿਆ ਸੀ ਅਤੇ ਹੁਣ ਮਤਲਬ ਤਹਿਸ ਨਹਿਸ ਹੋ ਗਿਆ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਖੋਜ ਕੀਤੀ ਆ ਹੈ ਨਾ ਕੁਛ ਕੁ ਸਮਾਂ ਪਹਿਲੇ ਤਾਂ ਉਹ ਖੋਜ ਦੇ ਵਿੱਚੋਂ ਕਾਫੀਆਂ ਚੀਜ਼ਾਂ ਨਿਕਲੀਆਂ ਸੀ ਜਿਹੜੀ ਕਿ ਇਹ ਲੋਕ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਗਏ ਆ ਕਿੱਥੇ ਕਿੱਥੇ ਨਹੀਂ ਆ ਦੇਖੋ ਘੱਟੋ ਘੱਟ 10-12 ਫੁੱਟ ਦੇ 14-14 ਫੁੱਟ ਦੇ ਖੱਡੇ ਆ ਜੀ ਹੈ ਨਾ ਖੱਡੇ ਆਮ ਤਾਂ ਨਹੀਂ ਹੈਗੇ ਹੈ ਨਾ ਇਹਦੇ ਪਿੱਛੇ ਪੂਰੀ ਕਹਾਣੀ ਆ ਪੂਰੀ ਹਿਸਟਰੀ ਆ ਅਤੇ ਹਿਸਟਰੀ ਆਈ ਹੈ ਜੀ 4000 ਸਾਲ ਪੁਰਾਣੇ ਇਹਨਾਂ ਦੇ ਲੋਕਾਂ ਦੇ ਘਰ ਸੀ ਹੁਣ ਮੈਂ ਤੁਹਾਨੂੰ ਸਬੂਤ ਦਿਖਾਉਣਾ ਇੱਕ ਚੀਜ਼ ਦਾ ਹੋਰ ਆਹ ਦੇਖੋ ਜੀ ਥੋੜ੍ਹਾ ਜਿਹਾ ਮੈਂ ਜ਼ੂਮ ਕਰਕੇ ਦਿਖਾਉਂਦਾ ਦੇਖੋ ਆਹ ਦੇਖੋ ਇਹ ਇੱਟਾਂ ਜਿਹੜੀਆਂ ਹੈਗੀਆਂ ਵਾ ਤੁਸੀਂ ਦੇਖ ਸਕਦੇ ਹੋ ਨਾ ਇੱਟਾਂ ਨੀਹਾਂ ਦੇ ਵਿੱਚੋਂ ਉਹਨਾਂ ਦੇ ਹੁਣ ਕਿ ਘਰਾਂ ਦੀ ਛੱਤਾਂ ਕਹਿ ਸਕਦੇ ਹੋ ਜਾਂ ਫਿਰ ਉਹਨਾਂ ਦੇ ਨੀਹਾਂ ਕਹਿ ਸਕਦੇ ਹੋ ਸਾਰੀਆਂ ਚੀਜ਼ਾਂ ਹੈਗੀਆਂ ਵਾ ਦੇਖ ਸਕਦੇ ਹੋ ਤੁਸੀਂ ਨਾ ਸਾਰੀਆਂ ਇੱਟਾਂ ਵੀ ਅਤੇ ਮਤਲਬ ਕਾਫੀ ਥੱਲੇ ਤੱਕ ਹੁਣ ਖੱਡੇ ਮੈਨੂੰ ਕਾਫੀ ਡੂੰਘੇ ਆ ਸਾਨੂੰ ਡਰ ਵੀ ਲੱਗਦਾ ਕਿੱਥੇ ਅਸੀਂ ਥੱਲੇ ਨਾ ਡਿੱਗ ਜਾਈਏ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜਗ੍ਹਾ ਕਈ ਵੇਲੇ ਦਲਦਲ ਬਣੀ ਹੁੰਦੀ ਹੈ ਨਾ ਪੈਰ ਪੁਰ ਧਸ ਜਾਂਦੇ ਆ ਜੀ ਅਤੇ ਤਾਂ ਕਰਕੇ ਹੈ ਨਾ ਇਹ ਸਾਰਾ ਮਾਹੌਲ ਹੈਗਾ ਵਾ ਅਤੇ ਆਪਾਂ ਥੱਲੇ ਚੱਲ ਕੇ ਵੀ ਦੇਖ ਲੈਂਦੇ ਹਾਂ ਹੈ ਖੂਹ ਉਹਦੇ ਪਰਲੇ ਪਾਸੇ ਬਣਿਆ ਆਹ ਦੇਖੋ ਜੀ ਧਿਆਨ ਨਾਲ ਆਈ ਬਾਈ ਆਹ ਦੇਖੋ ਜੀ ਇਹ ਸਾਰੀਆਂ ਥਾਵਾਂ ਕਿਸੇ ਸਮੇਂ ਦੇ ਉੱਤੇ ਇੱਥੇ ਕਈ ਮਤਲਬ ਕਿ ਕਹਿ ਸਕਦੇ ਹੋ ਉਹ ਮਤਲਬ ਕਿ ਲੋਕ ਰਹਿੰਦੇ ਸੀ ਆਹ ਦੇਖੋ
ਮੈਂ ਸਾਰਾ ਹੁਣ ਤੁਸੀਂ ਗੌਰ ਨਾਲ ਦੇਖੋ ਤੇ ਫੇਰ ਪਰਖ ਹੁੰਦੀ ਹੈ ਜੀ, ਇੱਦਾਂ ਦੀ ਪਰਖ ਹੁੰਦੀ ਤੇ ਮੈਂ ਤੁਹਾਨੂੰ ਹੋਰ ਉੱਥੇ ਕੋਲ ਕਰਕੇ ਦਿਖਾਉਣਾ। ਆਹ ਦੇਖੋ ਹੁਣ ਆਹ ਇੱਟਾਂ ਦੇਖੋ, ਇਹ ਸਾਰੀਆਂ ਇੱਟਾਂ ਲੱਗੀਆਂ, ਕੋਈ ਇੱਦਾਂ ਗੱਲਬਾਤ ਨਹੀਂ ਹੈਗੀ, ਸੱਪਾ ਸੁੱਪਾ ਦੀ ਸੁਰੰਗਾਂ ਵੀ ਬਣੀਆਂ ਵੀ, ਪਰ ਕਾਫੀ ਜਿਵੇਂ ਕਿ ਨਾ ਇੱਥੇ ਪੂਰੀ ਖੁਦਾਈ ਹੋਈ ਹੈ ਇੱਥੇ, ਪਤਾ ਨਹੀਂ ਹੁਣ ਕੀ ਮਤਲਬ ਨਿਕਲਿਆ ਵਾ ਸਮਾਨ, ਉਹ ਤੇ ਲੋਕਾਂ ਨੂੰ ਪਤਾ ਵਾ ਜੀ, ਤੇ ਜਿਹੜਾ ਮਿਊਜ਼ੀਅਮ 'ਚ ਮਾੜਾ ਮੋਟਾ ਹੀ ਇਹਨਾਂ ਲਾਇਆ ਵਾ, ਕੋਈ ਆਪਾਂ ਕਹਿ ਦੇ ਨਾ ਪੂਰੀ ਗੱਲਬਾਤ ਮਿਊਜ਼ੀਅਮ 'ਚ ਬਣਾਈ, ਤੇ ਪੂਰੀ ਗੱਲਬਾਤ ਨਹੀਂ ਹੈਗੀ ਜੀ, ਇਹ ਬਸ ਸਿਰਫ ਇੱਕ ਲੋਕਾਂ ਨੂੰ ਕਹਿ ਸਕਦੇ ਹੋ ਅੱਧੀ ਹਿਸਟਰੀ ਨਾਲ ਵੀ ਜ਼ਿਆਦਾ ਹਿਸਟਰੀ ਇਹਨਾਂ ਨੇ ਲੁਕੋਈ ਪਈ ਆ ਜੀ ਲੋਕਾਂ ਤੋਂ, ਤੇ ਆਹ ਸਾਰਾ ਮਾਹੌਲ ਹੈਗਾ ਵਾ। ਤੇ ਹੁਣ ਆਪਾਂ ਚੱਲਦੇ ਉਸ ਟੀਮ ਦੇ ਕੋਲ ਜਿੱਥੇ ਕਾਫੀ ਬਾਈ ਬੈਠੇ ਵੀ ਪਏ ਆ, ਤੇ ਸਾਨੂੰ ਵੀ ਦੇਖੀ ਜਾਂਦੇ ਉਹਨੇ ਪਤਾ ਕੀ ਕਰੀ ਜਾਂਦੇ ਹਨਾ, ਟਰਾਈਪੋਡ ਹੱਥ 'ਚ ਫੜਿਆ ਵਾ, ਕੈਮਰਾ ਫੜਿਆ ਵਾ, ਤੇ ਹੁਣ ਉਹਨਾਂ ਨੂੰ ਨਹੀਂ ਪਤਾ ਜੀ ਆਪਣਾ ਵਲੋਗ ਵਾਲਾ ਕੰਮ ਵੀ ਹੈਗਾ ਵਾ ਹਨਾ, ਵੀਡੀਓ ਬਣਾ ਕੇ ਆਪਾਂ ਤੁਹਾਡੇ ਅੱਗੇ ਪੇਸ਼ ਕਰੀ ਦੀ ਆ, ਤਾਂ ਜੋ ਜਿਹੜਾ ਇਹ ਇਤਿਹਾਸ ਅਸੀਂ ਤਾਂ ਚਲੋ ਦੇਖਣਾ ਹੀ ਦੇਖਣਾ ਵਾ, ਤੁਹਾਨੂੰ ਵੀ ਜਿਹੜਾ ਉਹ ਚੀਜ਼ ਬਾਰੇ ਨੌਲੇਜ ਹੋ ਸਕਦੀ, ਵੀਡੀਓ ਨੂੰ ਵੱਧ ਤੋਂ ਵੱਧ ਵਲੋਗ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ, ਠੀਕ ਆ ਨਾ। ਦੇਖਣ ਨੂੰ ਮਿਲਣਾ ਵਾ, ਦੇਖੋ ਇੱਥੇ ਦੀ ਖੁਦਾਈ ਹੋਈ ਆ, ਲੋ ਜੀ ਆਪਾਂ ਟੀਮ ਦੇ ਕੋਲ ਪਹੁੰਚ ਗਏ ਹਾਂ, ਤੇ ਹੁਣ ਜਾ ਕੇ ਆਪਾਂ ਤੁਹਾਨੂੰ ਟੀਮ ਦਾ ਜਿਹੜਾ ਕਿ ਅੰਦਰ ਦਾ ਮਾਹੌਲ ਦਿਖਾਉਂਦੇ ਹਾਂ ਕੀ ਅੰਦਰ ਦਾ ਹੈਗਾ ਵਾ। ਤੇ ਇੱਥੇ ਜਿਹੜਾ ਕਿ ਇੱਕ ਖੂਹ ਹੁੰਦਾ ਸੀ ਪੁਰਾਣਾ, ਜਿਹੜਾ ਕਿ ਸਾਨੂੰ ਪਤਾ ਲੱਗਿਆ ਵਾ ਨਾ, ਤੇ ਹਿਸਟਰੀ ਵੀ ਆਹੀ ਦੱਸਦੀ ਆ, ਤੇ ਉਹ ਖੂਹ ਨੂੰ ਜਿਹੜਾ ਕਿ ਇਹਨਾਂ ਨੇ ਕਵਰ ਕਰਕੇ ਨਾ ਉੱਤੇ ਜਿਹੜਾ ਕਿ ਟੀਮ ਲਾ ਦਿੱਤਾ ਵਾ। ਤੇ ਇੱਧਰ ਸਾਰੇ ਪਰਲੇ ਪਾਸੇ ਜਿਹੜੇ ਕਿ ਸਾਰੇ ਖੇਤ ਆ ਜੀ ਲੋਕਾਂ ਦੇ ਹਨਾ, ਜਿੱਥੇ ਲੋਕ ਆਪਣੀ ਖੇਤੀਬਾੜੀ ਕਰਦੇ ਆ। ਤੇ ਆਹ ਦੇਖੋ ਆਹ ਵੀ ਆਪਾਂ ਕੋਲ, ਆਹ ਦੇਖੋ ਇਹ ਸਾਰਾ ਛੱਡ ਪਾ ਕੇ, ਤੇ ਆਹ ਸਾਰਾ ਟੀਨ ਆ ਜੀ। ਹੁਣ ਆਉਂਦੇ ਅੰਦਰ ਦੇਖੋ, ਇਹ ਲੱਗੀ ਤਰਪਾਲ ਹੈ ਨਾ, ਇੱਥੇ ਜਿਹੜਾ ਕਿ ਖੂਹ ਹੁੰਦਾ ਸੀ ਪੁਰਾਣਾ, ਹੁਣ ਮੈਂ ਤੁਹਾਨੂੰ ਸਕਰੀਨ ਸ਼ੋਟ ਲਾ ਦੂੰਗਾ, ਉਹ ਸਕਰੀਨ ਸ਼ੋਟ 'ਤੇ ਤੁਹਾਨੂੰ ਪਤਾ ਲੱਗ ਜਾਏਗਾ। ਤੇ ਇਹ ਆ ਸਾਰਾ ਇੱਥੇ ਦਾ ਇਤਿਹਾਸ ਆ ਜੀ, ਉਹ ਪਰੇ ਜਾ ਗਿਆ ਮਿਊਜ਼ੀਅਮ, ਅਤੇ ਇਹ ਸਾਹਮਣੇ ਆ ਗਿਆ ਪਿੰਡ ਦਾ ਮਾਹੌਲ, ਮੈਂ ਤੁਹਾਨੂੰ ਥੋੜ੍ਹਾ ਜ਼ੂਮ ਕਰਕੇ ਵਿਖਾ ਦਿੰਦਾ। ਆਹ ਦੇਖੋ ਠੀਕ ਹੈ ਜੀ, ਇਹ ਸਾਹਮਣੇ ਪਿੰਡ ਆ ਗਿਆ ਕਾਲੀ ਬੰਗਾ, ਅਤੇ ਆਹ ਸਾਰੇ ਕਾਲੀ ਬੰਗਾ ਦੇ ਇਤਿਹਾਸ ਆ ਜੀ। ਤੇ ਲਓ ਜੀ ਆਹ ਸਾਰਾ ਤੁਹਾਨੂੰ ਇਤਿਹਾਸ ਦੀ ਆਪਾਂ ਦੱਸ ਦਿੱਤੀ ਹੈ ਵੀ 4000 ਸਾਲ ਪੁਰਾਣਾ ਜਿਹੜਾ ਹੜੱਪਾ ਕਾਲ ਸਿੰਧੂ ਘਾਟੀ ਸਭਿਅਤਾ ਦੇ ਲੋਕ ਦਾ ਜਿਹੜਾ ਕਿਤੇ ਪਿੰਡ ਵਸਿਆ ਸੀ, ਸਾਈਡ ਦੇ ਵਿੱਚ ਇੱਕ ਪਾਸੇ ਚੱਲਦੀ ਸੀ ਆਪਣਾ ਸਰਸਵਤੀ ਨਦੀ ਜਿਹੜੀ ਕਿ ਅਲੋਪ ਹੋ ਗਈ ਸੀ, ਛੁੱਪ ਗਈ ਸੀ ਹਨਾ ਟਾਈਮ ਆਉਣ ਦੇ ਉੱਤੇ, ਸਮੇਂ ਆਉਣ ਦੇ ਉੱਤੇ। ਤੇ ਉਸ ਤੋਂ ਬਾਅਦ ਜਿਹੜੀ ਕਿ ਹੁਣ ਘੱਗਰ ਨਦੀ ਦੇ ਨਾਮ ਦੇ ਉੱਤੇ ਜਿਹੜੀ ਚੱਲਦੀ ਹੈ, ਥੋੜ੍ਹੀ ਦੂਰ ਦੇ ਉੱਤੇ ਹੈਗੀ, ਮਤਲਬ ਕਿ 1.5 ਕਿਲੋਮੀਟਰ ਦੇ ਏਰੀਆ ਤੁਸੀਂ ਮੰਨ ਸਕਦੇ ਹੋ। ਤੇ ਆਹ ਸਾਰਾ ਕੀ ਟਿੱਬਿਆ ਦੇ ਜਿਹੜੇ ਕਿ ਮਾਹੌਲ ਆ ਜੀ ਜਿਹੜਾ ਹੈ ਨਾ, ਬਰਾਨ ਪਿਆਵਾ ਏਰੀਆ, ਤੇ ਮੈਨੂੰ ਕੁਛ ਖਾਸ ਚੀਜ਼ ਨਹੀਂ ਹੈਗੀ, ਪਰ ਖਾਸ ਆਉਂਦਾ ਇਤਿਹਾਸ ਹੈ ਜੀ, ਜਿਹੜਾ ਕਿ 4000 ਸਾਲ ਪੁਰਾਣਾ ਬੰਦੇ ਨੂੰ ਸੋਚਾ ਵੀ ਪਾ ਦਿੰਦਾ ਕਿ ਉਸ ਸਮੇਂ ਦੀ ਜਿਹੜੀ ਟੈਕਨੋਲੋਜੀ ਸੀ, ਉਹਨਾਂ ਨੇ ਇੱਕ ਸ਼ਹਿਰ ਵਸਾਤਾ ਸੀ, ਮਤਲਬ ਕਿ ਇੰਨੀ ਕੁ ਜ਼ਿਆਦਾ ਉਹਨਾਂ ਦੀ ਕਲਾਕ੍ਰਿਤੀ ਸੀ ਹਨਾ। ਬਾਕੀ ਤੁਸੀਂ ਹੜੱਪਾ ਕਾਲ ਦੇ ਉੱਤੇ ਫਿਲਮ ਬਣੀ ਹੈ ਜੀ ਰਿਤਿਕ ਰੋਸ਼ਨ ਦੀ ਹਨਾ, ਮੋਹਨ ਜੋਦੜੋ ਨਾਮ ਦੇ ਉੱਤੇ ਜਿਹੜੀ ਕਿ ਫਿਲਮ ਆ ਜੀ, ਉਹ ਫਿਲਮ ਤੁਸੀਂ ਦੇਖ ਲਿੱਤੀ ਨਾ ਕਰੀ, ਤੁਹਾਨੂੰ ਸਾਰਾ ਇਤਿਹਾਸ ਪਤਾ ਚੱਲ ਜਾਏਗਾ ਨਾ। ਤੇ ਬਾਕੀ ਸਾਰਾ ਇਤਿਹਾਸ ਆਪਾਂ ਵੀ ਤੁਹਾਨੂੰ ਸੰਖੇਪ ਦੇ ਵਿੱਚ ਹੀ ਦੱਸਿਆ ਵਾ, ਤੇ ਬਾਕੀ ਮਿਊਜ਼ੀਅਮ ਰਹਿ ਗਿਆ ਵਾ, ਕਿਉਂਕਿ ਮਿਊਜ਼ੀਅਮ 5 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਵਾ, ਤੇ ਆਪਾਂ ਨੂੰ ਟਿਕਟ ਵੀ ਨਹੀਂ ਮਿਲੀ, 5 ਰੁਪਏ ਸਿਰਫ ਟਿਕਟ ਸੀ, ਟਿਕਟ ਦੀ ਚਲੋ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਪਰ ਮਿਊਜ਼ੀਅਮ ਵੀ ਉਹਨਾਂ ਨੇ ਬੰਦ ਕਰਤਾ 5 ਵਜੇ ਦੇ ਬਾਅਦ, ਜਿੱਥੇ ਸਾਡੇ ਨਾਲ ਕਲੋਜ਼ ਹੋ ਗਈ। ਜੱਸੇ ਨੇ ਵੀ ਬੜਾ ਗੁੱਸਾ ਆਇਆ ਸਾਨੂੰ ਵੀ, ਮੈਨੂੰ ਵੀ ਬੜਾ ਗੁੱਸਾ ਆਇਆ ਜੀ, ਕਿਉਂਕਿ ਜਿਹੜੀ ਚੀਜ਼ ਅੰਦਰ ਥੋੜ੍ਹੀ ਦੇਖ ਲੈਂਦੇ ਚਲੋ ਮਨ ਨੂੰ ਹੋਰ ਜ਼ਿਆਦਾ ਵਧੀਆ ਲੱਗਦਾ ਨਾ, ਜਿੰਦੇ ਚੀਜ਼ ਪਿੱਛੇ ਆਪਾਂ ਆਏ ਸੀ ਸਪੈਸ਼ਲ, ਚਲੋ ਕੋਈ ਨਾ ਜੀ। ਤੇ ਬਾਕੀ ਆਪਾਂ ਸਕਰੀਨਸ਼ੋਟ ਕਿੱਥੋਂ ਨਾ ਕਿੱਥੋਂ ਚੱਕ ਕੇ ਆਪਾਂ ਜ਼ਰੂਰ ਲਾ ਦਾਂਗੇ, ਤੇ ਉਹ ਤੁਹਾਨੂੰ ਦੇਖਣ ਮਿਲ ਜਾਏਗਾ। ਤੇ ਭੱਟ ਸਿੱਖ ਟਰੈਵਲ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੇ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਆਪਣੇ ਸ਼ਹਿਰ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਆ ਕੇ ਜ਼ਰੂਰ ਮੈਂਸ਼ਨ ਕਰੋ, ਤੇ ਲਾਈਕ ਕਰਨਾ ਨਾ ਭੁੱਲੋ ਜੀ, ਤੇ ਵੱਧ ਤੋਂ ਵੱਧ ਵਲੋਗ ਨੂੰ ਸ਼ੇਅਰ ਕਰ ਦਿਓ, ਤੇ ਚੈਨਲ ਨੂੰ ਫਿਰ ਕਹਿੰਦੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਵਧੀਆ ਬੜੀ ਵਧੀਆ ਵਧੀਆ ਥਾਵਾਂ ਤੇ ਆਪਾਂ ਤੁਹਾਨੂੰ ਇਤਿਹਾਸ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ, ਤੇ ਹੋਰ ਵੀ ਬਹੁਤ ਸਾਰੇ ਨਵੇਂ ਨਵੇਂ ਵਲੋਗ ਸਾਡੇ ਚੈਨਲ ਉੱਤੇ ਤੁਹਾਨੂੰ ਦੇਖਣ ਮਿਲਦੇ ਰਹਿਣਗੇ ਜੀ। ਚੰਗਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।